ਰੱਖ ਚੱਲੇ ਤੋਰੇ ਕਦੇ ਸਪੁਰ ਕੇ। ਸੋ ਇਸ ਤਰ੍ਹਾਂ ਮੇਰੇ ਪਾਤਸ਼ਾਹ ਇਸ ਗੱਲ ਨੂੰ ਜਾਣਦਿਆਂ ਹੋਇਆਂ ਦਿੱਲੀ ਦੇ ਰਾਜਾ ਤੁਰਕਾਂ ਦੇ ਬਾਦਸ਼ਾਹ ਔਰੰਗਜ਼ੇਬ ਦੀ ਨਗਰੀ ਦਿੱਲੀ ਵੱਲ ਨੂੰ ਜਾ ਰਹੇ ਹਨ। ਨਿਰਪੱਖੋ ਦੂਤ ਸੰਗਤਾ ਬਚਾਲਾ ਤੇ ਰਾਜਾ ਜੈ ਸਿੰਘ ਦਾ ਦੂਤ ਵੀ ਸਤਿਗੁਰਾਂ ਜੀ ਦੇ ਇਸ ਸੋਹਣੇ ਰਾਜਸਾਜ ਦੇ ਨਾਲ ਸਤਿਗੁਰਾਂ ਜੀ ਦੇ ਅਨੇਕਾਂ ਸੂਰਮਿਆਂ ਤੇ ਬਹਾਦਰਾਂ ਨਾਲ ਅਨੇਕਾਂ ਸਿੱਖ ਸੰਗਤਾਂ ਦੇ ਨਾਲ ਇਹ ਰਾਜਾ ਜੈ ਸਿੰਘ ਦਾ ਦੂਤ ਵੀ ਚੱਲ ਪਿਆ ਹੈ। ਕੀਨਸ ਪੂਰਨ ਕਾਜ ਬਸਾਲਾ ਤੇ ਮਨ ਦੇ ਵਿੱਚ ਖੁਸ਼ੀ ਹੈ, ਇਹ ਰਾਜਾ ਜੈ ਸਿੰਘ ਦਾ ਦੂਤ ਵੀ ਖੁਸ਼ੀ ਮਨਾਉਂਦਾ ਹੈ ਕਿ ਜਿਸ ਕਾਰਜ ਲਈ ਮੈਂ ਆਇਆ ਸੀ ਆਖੀਰਕਾਰ ਉਹ ਕਾਰਜ ਸੰਪੂਰਨਤਾ ਨੂੰ ਪ੍ਰਾਪਤ ਹੋਇਆ ਹੈ। ਔਰ ਮੈਂ ਹਰਖ ਭਰਿਓ ਗੁਰ ਧਿਆਵਤ। ਸੋ ਇਸ ਤਰ੍ਹਾਂ ਮਨ ਦੇ ਵਿੱਚ ਬੜੀ ਖੁਸ਼ੀ ਹੈ ਕਿ ਸਤਿਗੁਰੂ ਜੀ ਮੇਰੀ ਬੇਨਤੀ ਮੰਨ ਕੇ ਕੀਰਤਪੁਰ ਸਾਹਿਬ ਦੀ ਧਰਤੀ ਤੇ ਚੱਲੇ ਨੇ। ਸਤਿਗੁਰੂ ਧੰਨ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਤੇ ਮਾਣ ਕਰਦਾ ਹੈ, ਮਨ ਦੇ ਵਿੱਚ ਬੜਾ ਚਾਹ ਹੈ ਕਿ ਕਦੋਂ ਇਹ ਪੈਂਡਾ ਪਾਰ ਹੋਵੇਗਾ ਤੇ ਕਦੋਂ ਦਿੱਲੀ ਦੀ ਧਰਤੀ ਪਹੁੰਚਾਂਗੇ। ਪੂਰਬ ਦਿਸ਼ ਮੁਖ ਕਰ ਮਗ ਜਾਵਤ। ਇਸ ਤਰ੍ਹਾਂ ਪੂਰਬ ਦਿਸ਼ਾ ਵੱਲ ਮੁਖ ਕਰਦਿਆਂ ਦਿੱਲੀ ਵੱਲ ਨੂੰ ਸਤਿਗੁਰਾਂ ਜੀ ਨੇ ਸਾਰੇ ਲਸ਼ਕਰ ਸਮੇਤ ਸਾਰੀਆਂ ਫੌਜਾਂ ਸਮੇਤ ਚਾਲੇ ਪਾਏ ਹਨ। ਦੋਹਰਾ ਕੀਰਤਪੁਰ ਤੇ ਸਤਿਗੁਰੂ ਪ੍ਰਥਮ ਸਿਵਰ ਕੋ ਕੇਰਾ। ਇਸ ਤਰ੍ਹਾਂ ਕੀਰਤਪੁਰ ਸਾਹਿਬ ਤੋਂ ਚਾਲੇ ਪਾ ਕਰਕੇ ਹੁਣ ਪਹਿਲਾ ਪੜਾਅ ਰਾਹ ਦੇ ਵਿੱਚ ਮੇਰੇ ਸਾਹਿਬਾਂ ਨੇ ਕੀਤਾ ਹੈ। ਨਿਸਾ ਬਸੇ ਬਿਸਰਾਮ ਕੈ ਪੁਨ ਪ੍ਰਭਾਤ ਕੋ ਚੇਰਾ। ਇਸ ਤਰ੍ਹਾਂ ਪੜਾਅ ਕਰਦਿਆਂ ਤੇ ਰਾਤ ਦਾ ਸਮਾਂ ਸਤਿਗੁਰਾਂ ਜੀ ਨੇ ਸੁਖ ਲੈਂਦਿਆਂ ਬਿਤਾਇਆ। ਜਦੋਂ ਅੰਮ੍ਰਿਤ ਵੇਲੇ ਦਾ ਸਮਾਂ ਹੋਇਆ, ਸਤਿਗੁਰੂ ਜੀ ਇਸ਼ਨਾਨ ਪਾਨ ਕਰਕੇ ਤਿਆਰ ਬਰ ਤਿਆਰ ਹੋਏ ਹਨ। ਉਸ ਵਾਹਿਗੁਰੂ ਪਰਮੇਸ਼ਰ ਦੀ ਮਿੱਠੀ ਯਾਦ ਅੰਦਰ ਵਾਹਿਗੁਰੂ ਵਾਹਿਗੁਰੂ ਦੀ ਸੋਹਣੀ ਧੁਨ ਲਾਉਂਦਿਆਂ ਮੇਰੇ ਸਤਿਗੁਰਾਂ ਜੀ ਨੇ ਉਸ ਪਰਵਤਿਗਾਰ ਨਾਲ ਲਿਵ ਲਾਈ ਹੈ। ਜੋ ਪਏ ਚਲ ਪਏ ਗੁਰ ਤਿਆਰ ਜਬ ਪਏ। ਸੋ ਇਸ ਤਰ੍ਹਾਂ ਜਦੋਂ ਸਵੇਰ ਦੇ ਸਮੇਂ ਸਤਿਗੁਰੂ ਜੀ ਇਹ ਪੜਾਅ ਪੁੱਟ ਕਰਕੇ ਤੇ ਅਗਾਂਹ ਵੱਲ ਨੂੰ ਚਾਲੇ ਪਾਉਣ ਲਈ ਤਿਆਰ ਹੋਏ। ਲੰਮੇ ਦੇਸ਼ਨ ਕੇ ਸਿੱਖ ਆਏ। ਸੋ ਲੰਮੇ ਦੇਸ਼ ਤੋਂ ਅੱਜ ਸਿੱਖ ਸੰਗਤਾਂ ਆ ਗਈਆਂ ਹਨ। ਮਸਤਕ ਟੇਕਤ ਅਰਜ ਗੁਜਾਰੇ। ਸਤਿਗੁਰਾਂ ਜੀ ਦੇ ਸੋਹਣੇ ਚਰਨਾਂ ਵਿੱਚ ਆਪਣਾ ਮੱਥਾ ਟੇਕਿਆ, ਸਿਰ ਨਿਵਾ ਕਰਕੇ ਅਰਜ ਗੁਜਾਰਨ ਲੱਗੇ, ਬੇਨਤੀ ਕਰਨ ਲੱਗੇ। ਗੁਰ ਜੀ ਸੰਗਤ ਆਵਤ ਭਾਰੇ। ਆਖਣ ਲੱਗੇ, ਹੇ ਪਾਤਸ਼ਾਹ, ਤੁਹਾਡੇ ਦਰਸ਼ਨਾਂ ਦੇ ਲਈ ਸੰਗਤਾਂ ਬੜੀ ਦੂਰੋਂ ਲੰਮੇ ਦੇਸ਼ ਤੋਂ ਆ ਰਹੀਆਂ ਹਨ। ਦਰਸ਼ਨ ਕਾ ਸਿੱਖ ਜੇ ਘਰ ਜਾਤੇ। ਤੇ ਮਹਾਰਾਜ, ਜਿੰਨੇ ਸਿੱਖ ਤੁਹਾਡੇ ਦਰਸ਼ਨ ਦਦਾਰੇ ਕਰਕੇ ਕੀਰਤਪੁਰ ਸਾਹਿਬ ਤੋਂ ਵਾਪਸ ਗਏ ਹਨ, ਜਿਨਹੋ ਸੁਨਾਵਨ ਕੀਨੀ ਬਾਤੇ, ਉਹਨਾਂ ਨੇ ਆਪਣੇ ਆਪਣੇ ਇਲਾਕੇ ਵਿੱਚ ਇਹ ਖਬਰ ਪਹੁੰਚਾਈ ਹੈ, ਆਪਣੇ ਆਪਣੇ ਇਲਾਕੇ ਵਿੱਚ ਇਹ ਗੱਲ ਦੱਸ ਦਿੱਤੀ ਹੈ। ਸਤਿਗੁਰ ਹੈ ਤਿਆਰੇ ਉੱਤ ਜਾਤੇ। ਉਹਨਾਂ ਨੇ ਦੱਸ ਦਿੱਤਾ ਕਿ ਕੀਰਤਪੁਰ ਸਾਹਿਬ ਦੀ ਧਰਤੀ ਤੋਂ ਸਤਿਗੁਰ ਜੀ ਚਾਲੇ ਪਾ ਕਰਕੇ ਤੇ ਦਿੱਲੀ ਵੱਲ ਨੂੰ ਜਾ ਰਹੇ ਹਨ। ਸੁਣ ਕਰ ਮਾਰਕ ਅੱਧ ਕੱਪਿਆ ਨੇ। ਤੇ ਜਿਵੇਂ ਜਿਵੇਂ ਕਿਸੇ ਦੇ ਕੰਨਾਂ ਵਿੱਚ ਖਬਰ ਸੁਣੀ, ਜਿਵੇਂ ਜਿਵੇਂ ਕਿਸੇ ਨੂੰ ਇਹ ਖਬਰ ਮਿਲੀ, ਉਹ ਆਪਣੇ ਆਪਣੇ ਘਰ ਬਾਰ ਛੱਡ ਕੇ ਤੇ ਤੁਹਾਡੇ ਦਰਸ਼ਨਾਂ ਦੇ ਲਈ ਉਸੀ ਛਿਣ ਉਸੀ ਵਕਤ ਘਰੋਂ ਨਿਕਲ ਪਏ ਹਨ। ਸਰਬਤ ਭਏ ਜੈ ਗਮਨੋ ਜਾਈ। ਇਹ ਮਹਾਰਾਜ, ਬੜਾ ਅਕੇਵਾਂ ਤੇ ਥਕੇਵਾਂ ਹੈ ਉਹਨਾਂ ਨੂੰ, ਪਰ ਫਿਰ ਵੀ ਉਹ ਤੁਹਾਡੇ ਦਰਸ਼ਨਾਂ ਲਈ ਚੱਲਦੇ ਆ ਰਹੇ ਹਨ। ਦਰਸਲਾਲ ਸਾਰ ਜੈ ਵਧਾਈ। ਕਿਉਂਕਿ ਮਹਾਰਾਜ, ਉਹਨਾਂ ਦੇ ਹਿਰਦੇ ਵਿੱਚ ਤੁਹਾਡੇ ਦਰਸ਼ਨਾਂ ਦੀ ਇੱਛਾ ਹੈ ਤੇ ਆਪਣੇ ਹਿਰਦਿਆਂ ਵਿੱਚ ਇਸ ਇੱਛਾ ਨੂੰ ਬਹੁਤਾ ਜ਼ਿਆਦਾ ਉਹਨਾਂ ਨੇ ਵਧਾਇਆ ਹੈ। ਇਸਤਰੀ ਪੁਰਖ ਬਿਰਧ ਗਨ ਬਾਲ। ਮਹਾਰਾਜ, ਕੀ ਇਸਤਰੀਆਂ ਤੇ ਕੀ ਪੁਰਸ਼, ਕੀ ਬਜ਼ੁਰਗ ਤੇ ਕੀ ਬੱਚੇ ਆਪਣੇ ਆਪਣੇ ਘਰਾਂ ਤੋਂ ਉੱਠ ਕਰਕੇ ਤੁਹਾਡੇ ਦਰਸ਼ਨਾਂ ਲਈ ਅੱਜ ਸਾਰੇ ਹੀ ਆ ਰਹੇ ਹਨ।
आवत चाले सरमत साल। ए महाराज राह पेंडे चलदिया बड़े थक गए ने, बड़ा थकेवा होया है, पर जिमे जिमे थकदे ने उवे दर्शना दी इच्छा होर ज्यादा वधदी है। सब मेला हम को यो अगारे। ए महाराज इस करके सारिया ने मिल करके सानू ए सुनेहा दे करके भेजिया है। दस देहो गुर थिरता तारे। सो इस करके पातशाह उना सिख संगतां दे हिरदिया दी भावनावां नू पूर्ण जरूर करियो, उना नू दर्शन दे बगैर अगे ना चले जायो। सतगुरु जी साडी बेनती है कुछ समा इस थां ते ही रुकना करियो। निज संगत पर करुणा कीजे। ए महाराज तुहाडियां सिख संगतां हन, तुहाडे चरणां दे प्रेमी ने, साहिब जी उना उत्ते किरपा करियो। बख मला विशाल आए लख लीजे। सो हे महाराज बड़ा लम्मा पेंडा ओ पार करके आ रहे हन, इस गल नू जानना करो। चलियो मिलियो जाए नह कोई हो। हे महाराज जे तुसी अगां वल नू अज चले गए ते उना दा मिलाप तुहाडे नाल होना नहीं, क्योंकि जड़ा पेंडा है निता प्रति दिन होर ज्यादा वधदा जाना है। उतलावत चालत मग जय हो। सो हे महाराज ये रात पेंडा होर ज्यादा वध जावेगा जे तुसी अगां वल नू चले गए, इस करके सतगुरु जी हुण एथे ही रुकना करो। संगत थकत जान थिर रहिए। सतगुरु जी संगतां बहुतियां थक जानगियां, उना नू मार्ग चलदियां चलदियां बहुता थकेवा हो जावेगा, इस करके तुसी एथे ही रह जाओ। बिरद सुहायक सेवक लहिए। सतगुरु जी तुहाडा ते बिरद सुभा ही ए है, तुसी ते सतगुरु जी अपने प्यारियां दी अपने प्रेमियां दी अरजां नू सुनन वाले हो। तुसी दुख हंता सुख रास दुखां नू हरन वाले ते महान सुख देन वाले हो। सतगुरु जी उन्हां संगतां नूं दर्शन बख्शिश करके निहाल करना करो। श्री हर कृष्ण गुरु गत दाने। सो धन धन श्री गुरु हर कृष्ण साहिब महाराज जेड़ी मुक्ति दे दाते सतगुरु जी हन। सुन संगत के बिना महाने। जदों संगतां दी इस तरह बेनती उना दी अरजोई मेरे पातशाह ने सुन लई। भए थकत थिरता कहो तारे। ते सतगुरु जी जान गए मेरे प्यारे राह चलदियां चलदियां बहुता थक गए ने, मेरे सतगुरु जी बेनती नू मन करके अज इसी पड़ाव ते रहना ते टिकना कर लिया है। ते कामना संगत प्यारे। ते जेड़े सतगुरां जी दा सोहना सुभाअ ऐसा है, मेरे पातशाह अपने संगतां दी हर एक कामना नू हर एक शुभ इच्छा नू पूर्ण करनहार हन। ते हठा राखियो सिवर मुकाम। इस करके मेरे पातशाह ने अपना पड़ा ते मुकाम हजे ओथे ही कीता। बार आर बल गुण गण धामा। ऐसे दीन दयाल सतगुरु जी जिन्हां दे शरीर दी उम्र ते भावे बड़ी छोटी है पर गुणा दे निदान खजाने हन, बख्शिशां ते रहमतां दे सागर हन। अगले दिवस संगता आए। सतगुरु जी एक दिन ओथे ही टिके ने, सूरज फिर तो चढ़िया है, अगला दिन अज चढ़ गया ते सिख संगतां सतगुरां जी दे दर्शना निमित पहुंच गईयां। तरिखत तेन जाना जा रहे ताई। जिवें तिहाई होई गां जल छकण दे लई दौड़दी ते भजदी है, इस तरह मन विच चाह लै करके सिख संगतां सतगुरां जी दे दर्शना लई बड़ी तेजी दे नाल भजदियां आ रहियां हन। बैठे सतगुर लाए दवाना। ते मेरे साहिबां ने अज फिर तो दीवान लाए हन, जिवें रौनकां कीरतपुर साहिब दी धरती ते लगियां करदियां, अज फिर इस पड़ाव ते कीरतपुर साहिब दी धरती वांग ही सोहणियां रौनकां लगियां ने। रबाबी जन
कीर्तन कर रहे हन। सतगुरु जी सोहने सिंघासना उत्ते सुभाए मान हन। अनेकां ही संगतां सतगुरां जी दे दर्शना लई आ रहियां हन। दर्शै संगत बंधन ठाणा ते संगतां आ आ के नमस्कारां करदियां ने। दोवे हाथ जोड़ करके नमस्कारा प्रणाम कर दिया हन। अनक उपायन को अरपावे जेड़िया पेटावा संगता ने बड़े प्रेम दे नाल सतगुरु जी लई बनवाईया सन। बड़े बड़े लम्बे समय तो बड़े बड़े धन नू हौली हौली जोड़दिया उन्होंने भेटावा बनवाईया। मन विच चाह है कि श्री गुरु हरकृष्ण साहब महाराज जी के दर्शन लई जावांगे ते पेटावां सतगुरां जी नूं अर्पण करांगे।